ਸਾਰਿਆਂ ਨੂੰ ਕੋਲ ਬੁਲਾ ਕੇ ਸਾਰਿਆਂ
ਤੇ ਆਖਰੀ ਇੱਕ ਇੱਕ ਖੂਨ ਦਾ ਕਤਰਾ
ਅਬੂ ਤਾਲਬ ਦੀ ਨਸਲ ਦਾ ਹੈ ਤੇ ਕਿਵੇਂ ਲਾਈਏ ਐਸਾ ਚੱਲ ਮੈਂ ਅਬੂ ਤੋਂ ਇੰਝ ਕਰੀਏ ਪਾਕ ਨੂੰ ਫਰਮਾਨ ਲੱਗੇ ਕਿੰਜ ਮੌਲਾ ਆਪ ਕਹਿਣ ਲੱਗੇ ਲੇਕਿਨ ਇਹ ਐਜ਼ਾਜ਼ ਅੱਲਾ ਸੋਹਣਿਆ ਸਿਰਫ ਮੇਰੇ ਵਾਸਤੇ ਜ਼ੀਸ਼ਾਨ ਨਬੀ ਹੈ ਸਭ ਲੇਕਿਨ ਮਹਿਰਾਜ ਕਾ ਦੂਲਾ ਕੋਈ ਨਹੀਂ ਨਬੀ ਪਾਕ ਨੇ ਅਰਜ਼ ਕੀਤੀ ਕਿ ਸੋਹਣੇ ਇਹ ਐਜ਼ਾਜ਼ ਮੇਰੇ ਵਾਸਤੇ ਮੈਂ ਇਹਦਾ ਬਦਲਾ ਕਿਵੇਂ ਦੇਵਾਂਗਾ ਫਿਰ ਗਦੀਰ ਦੇ ਵੇਲੇ ਅੱਲਾ ਪਾਕ ਨੇ ਫਰਮਾਇਆ ਕਿ ਸੋਹਣਿਆ ਵੱਖਰਾ ਗਿਆ ਸਾਰਿਆਂ ਨੂੰ ਬੋਲ ਬੋਲ